ਪਹਿਲਾਂ ਹੀ ਆ ਜਿਹੜੇ ਨਾਲ ਗਵਾਂਢ ਵਾ ਇਹਨਾਂ ਦੇ ਘਰ ਹੀ ਸੇਵਾ ਜਾਏ ਤੇ ਇੱਥੋਂ ਉਹਨਾਂ ਸਾਨੂੰ ਕਿਹਾ ਸੀ ਵੀ ਇੱਕ ਸਾਡੇ ਗਵਾਂਢ ਵਾ ਮਾਤਾ ਜੀ ਰਹਿ ਰਹੇ ਬੜੇ ਗਰੀਬ ਵਾ ਤੇ ਜਦੋਂ ਅਸੀਂ ਇਹਨਾਂ ਦੇ ਘਰ ਆਣ ਕੇ ਵੇਖਿਆ ਤੇ ਵੇਖਣ 'ਚ ਵੀ ਸਾਨੂੰ ਇੱਦਾਂ ਲੱਗਾ ਬਹੁਤ ਮਹਿਸੂਸ ਹੋਇਆ ਵੀ ਇਹ ਮਾਤਾ ਜੀ ਦਾ ਹਾਲ ਜਿਹੜਾ ਵਾ ਬਹੁਤ ਕਾਫੀ ਮਾੜਾ ਤੇ ਅੱਜ ਮੇਰੇ ਵੀਰ ਸੱਚੇ ਪਾਤਸ਼ਾਹ ਇੱਕ ਮੁੰਡਾ ਜਿਹੜਾ ਏਐਸ ਆਈ ਹਰਮੇਸ਼ ਕੁਮਾਰ ਜੀ ਜਿਹੜਾ ਬਤੌਰ ਆ ਸਾਡੇ ਗਨਮੈਨ ਕਲਾਂ ਔਰ ਐਸ ਐਚ ਓ ਸਾਹਿਬ ਨਾਲ ਲੱਗਿਆ ਕੁਝ ਵੀਰ ਹੁਣ ਉਹਨਾਂ ਥੋੜ੍ਹਾ ਸਿਰ ਭੇਜੀ ਅਤੇ ਕੁਝ ਸੇਵਾ ਅਸੀਂ ਕੁਝ ਥੋੜ੍ਹਾ ਆਪਣੇ ਕੋਲ ਪਾ ਕੇ ਅਤੇ ਅੱਜ ਇਹ ਪਿੰਡ ਅਸੀਂ ਮੁਸਤਾਬਾਦ ਇੱਥੇ ਪਹੁੰਚੇ ਹਾਂ ਅਤੇ ਇਹ ਸੇਵਾ ਕੁਝ ਅਸੀਂ ਮਾਤਾ ਨੂੰ ਅੱਜ ਕੁਝ ਰਾਸ਼ਨ ਪਤਾ ਤੁਸੀਂ ਦੇਖ ਰਹੇ ਹੋ ਦੇ ਕੇ ਚੱਲੇ ਹਾਂ ਅਤੇ ਅੱਗੇ ਵੀ ਅਸੀਂ ਕਈ 2 ਸਾਲ ਤੋਂ ਹੋ ਗਿਆ ਜਿਹੜਾ ਅਸੀਂ ਗੁਰੂ ਰਾਮਦਾਸ ਚੈਰੀਟੇਬਲ ਟਰੱਸਟ ਚਲਾ ਰਹੇ ਹਾਂ ਉਹਦੇ ਵਿੱਚ ਅਸੀਂ ਲੱਖਾਂ ਹਜ਼ਾਰਾਂ ਰੁਪਈਏ ਆਪਣੀ ਤਨਖਾਹਾਂ 'ਚੋਂ ਲਾ ਕੇ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਆ ਰਹੇ ਹਾਂ ਅਤੇ ਬਾਕੀ ਅਸੀਂ ਆਖਿਆ ਵੀ ਜਿੰਨਾ ਚਿਰ ਸਾਡੇ ਸਵਾਦ ਚੱਲਦੇ ਉਦੋਂ ਤੱਕ ਇਹਨਾਂ ਗਰੀਬਾਂ ਲੋਕਾਂ ਦੀ ਸੇਵਾ ਕਰਦੇ ਰਹਾਂਗੇ। ਵੀਰ ਜੀ, ਸਾਡੀ ਜਿਹੜੀ ਸੰਸਥਾ ਇਹਦਾ ਨਾਮ ਆ ਗੁਰੂ ਰਾਮਦਾਸ ਚੈਰੀਟੇਬਲ ਟਰੱਸਟ ਸਭਾ ਔਜਲਾ। ਇਹਨੂੰ ਤਕਰੀਬਨ ਇਸ ਆਪਣੇ ਟਰੱਸਟ ਨੂੰ ਚਲਾਉਂਦੇ ਨੂੰ 2 ਸਾਲ ਆ 13 ਅਪ੍ਰੈਲ ਨੂੰ ਹੋ ਗਏ, ਜਿਹਦੇ ਵਿੱਚ ਹਜ਼ਾਰਾਂ ਰੁਪਈਏ ਅਸੀਂ ਆਪਣੀਆਂ ਤਨਖਾਹਾਂ 'ਚੋਂ ਲਾ ਕੇ ਅਤੇ ਇਹ ਲੋੜਵੰਦ ਪਰਿਵਾਰਾਂ ਤੱਕ ਪਹੁੰਚ ਰਹੇ ਹਾਂ, ਜਿਹਦੇ ਵਿੱਚ ਅੱਜ ਤੱਕ ਅਸੀਂ ਸਾਨੂੰ ਕਿਸੇ ਨੇ ਗਰਾਈ ਨਹੀਂ ਦਿੱਤੀ ਸਾਡੀ ਟੀਮ ਨੂੰ। ਅਤੇ ਬਾਕੀ ਹੁਣ ਜਿਉਂ ਜਿਉਂ ਸਾਡੀਆਂ ਲੋਕ ਵੀਡੀਓ ਵੇਖਦੇ ਲੋਕਾਂ ਨੇ ਸਾਨੂੰ ਪਿਆਰ ਦਿੱਤਾ, ਜਿੱਦਾਂ ਹੁਣ ਇਹ ਮੇਰਾ ਵੀਰ ਜਿਹੜਾ ਆਪਣੇ ਸਰਦਾਰ ਬਲਦੇਵ ਸਿੰਘ ਆ ਇਹ ਮੇਰੇ ਨਾਲ ਆਏ ਆ, ਇਹਨਾਂ ਵੀ ਸਾਡੀਆਂ ਵੀਡੀਓ ਵੇਖੀ, ਇਹਨਾਂ ਵੀ ਸਾਨੂੰ ਕਿਹਾ ਵੀ ਅਸੀਂ ਭਾਅ ਜੀ ਤੁਹਾਡੇ ਨਾਲ ਹੁਣ ਸੇਵਾ ਕਰਨ 'ਤੇ ਜਾਇਆ ਕਰਾਂਗੇ, ਜੋ ਸਰਦੀ ਬਣਦੀ ਸੇਵਾ ਜ਼ਰੂਰ ਦਿਆ ਕਰਾਂਗੇ। ਜਿੱਦਾਂ ਮੁੰਡਾ ਇੱਕ ਹਰਮੇਸ਼ ਆ ਭਾਅ ਜੀ ਏਐਸ ਆਈ ਜਿਹੜਾ ਤੁਹਾਨੂੰ ਦੱਸਿਆ, ਉਹਨੇ ਵੀ ਸਾਡੀਆਂ ਵੀਡੀਓ ਵੇਖ ਕੇ ਅਤੇ ਉਹਨੇ ਆਪਣੇ ਘਰ ਇੱਕ ਗੋਲਕ ਲਾਈ ਆ ਵੀ ਜਿਹਦੇ ਵਿੱਚ ਮੈਂ ਸੱਚ ਦੀ ਕਿਰਤ ਪਾਵਾਂਗਾ। ਉਹਨੇ ਆਖਿਆ ਸਰਾਮ ਸਾਹਿਬ ਸੱਚ ਦੀ ਕਿਰਤ ਮੈਂ ਕਰਕੇ ਅਤੇ ਮੈਂ ਆਪਣਾ ਦਸਵੰਧ ਕੱਢ ਕੇ ਜਿਹੜਾ ਗਰੀਬਾਂ 'ਚ ਵੰਡਣਾ ਚਾਹੁੰਦਾ, ਜਿੱਦਾਂ ਕਿ ਅਸੀਂ ਹੁਣ ਤੱਕ ਪੌਣੇ ਦੋ ਸਾਲ ਹੋ ਗਿਆ ਸਾਨੂੰ ਵੰਡਦੇ ਹਾਂ, ਮੈਂ ਅੱਧੀ ਅੱਧੀ ਤਨਖਾਹ ਪੂਰੀ ਤਨਖਾਹ ਕਈ ਵਾਰ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਨਾਲ ਇਹਨਾਂ ਗਰੀਬ ਪਰਿਵਾਰਾਂ ਲੋਕਾਂ 'ਚ ਵੰਡਦਾ। ਅਤੇ ਕਈ ਵਾਰ ਮੇਰੇ ਭੈਣ ਭਰਾਵਾਂ ਮੈਨੂੰ ਸਵਾਲ ਵੀ ਕੀਤਾ ਵੀ ਸਰਾਮ ਸਾਹਿਬ ਤੇਰਾ ਕਿੱਦਾਂ ਕੰਮ ਚੱਲਦਾ, ਮੈਂ ਉਹਨਾਂ ਨੂੰ ਕਹਿੰਦਾ ਵੀ ਯਾਰ ਕੰਮ ਤਾਂ ਮੈਨੂੰ ਵੀ ਅਜੇ ਤੱਕ ਪਤਾ ਨਹੀਂ ਕਿੱਦਾਂ ਚੱਲਣ ਡਿਆ, ਪਰ ਬੜੀ ਕਿਰਪਾ ਮੇਰੇ ਗੁਰੂ ਰਾਮਦਾਸ ਸਾਹਿਬ ਦੀ ਵੀ ਮੈਨੂੰ ਨਹੀਂ ਪਤਾ ਲੱਗਣ ਡਿਆ ਵੀ ਸਾਰੇ ਕੰਮ ਮਾਲਕ ਹੀ ਕਰਨ ਡਿਆ, ਗੱਡੀਆਂ ਵੀ ਚੱਲਣ ਡੀਆਂ, ਤੇਲ ਵੀ ਪੈਣ ਡਿਆ, ਰੋਟੀ ਪਾਣੀ ਵੀ ਚੰਗਾ ਖਾਣ ਡਿਆ, ਵਧੀਆ ਪਾਉਣ ਵੀ ਡਏ, ਡਿਊਟੀ ਦੇ ਵਿੱਚ ਵੀ ਸਾਡਾ ਕੋਈ ਲਾਹਾਂ ਨਹੀਂ ਅਜੇ ਤੱਕ। ਅਤੇ ਬਾਕੀ ਜਿੱਥੇ ਜਿੱਥੇ ਵੀ ਅਸੀਂ ਡਿਊਟੀ ਕੀਤੀ ਆ ਸਾਡਾ ਗੁਰੂ ਰਾਮਦਾਸ ਸਾਹਿਬ ਦੀ ਜਿਹੜੀ ਕਿਰਪਾ ਵਾ ਵੀ ਸਾਨੂੰ ਕੋਈ ਬੰਦਾ ਬਾਂਹ ਖੜੀ ਕਰਕੇ ਨਹੀਂ ਕਹਿ ਸਕਦਾ ਵੀ ਇਹਨਾਂ ਕਿਤੇ ਕਰਪਸ਼ਨ ਕਰਕੇ ਜਾਂ ਕੋਈ ਕੰਮ ਇਹਨਾਂ ਕੀਤਾ, ਅਸੀਂ ਇਹੋ ਕਰਨੇ ਵੀ ਜਿੰਨਾ ਚਿਰ ਸਾਡੇ ਸਵਾਸ ਉਦੋਂ ਤੱਕ ਇਹਨਾਂ ਗਰੀਬਾਂ ਲੋਕਾਂ ਦੀ ਸੇਵਾ ਕਰ। ਮੇਰਾ ਨਾਮ ਏ ਐਸ ਏ ਬਲਦੇਵ ਸਿੰਘ ਹੈ ਅਤੇ ਮੈਂ ਵੀ ਕਾਫੀ ਦੇਰ ਤੋਂ ਜਿਹੜੇ ਸੀਗਾ ਉਹ ਲੋਕ ਭਲਾਈ ਕੰਮ ਕਰ ਰਿਹਾ ਡਿਊਟੀ ਦੇ ਨਾਲ ਨਾਲ, ਮੈਂ ਥਾਣੇ ਤਿੱਬੜ ਸੀਗਾ ਅਤੇ ਪਿਛਲੇ ਕੋਵਿਡ ਦੌਰਾਨ ਇਸ ਏਰੀਏ 'ਚ ਕਾਫੀ ਅਸੀਂ ਪੱਕਿਆ ਲੰਗਰ ਵੀ ਲੋਕਾਂ ਦੇ ਵਿੱਚ ਵਰਤਾਉਂਦੇ ਸੀਗਾ, ਸਾਰਾ ਕੁਛ ਕਰਦੇ ਸੀਗਾ। ਅਤੇ ਹੁਣ ਅਸੀਂ ਮੈਂ ਇੱਕ ਵਿਚਾਰ ਕੀਤੀ ਹੈ ਕਿ ਸਤਨਾਮ ਭਾਅ ਜੀ ਵੀ ਬਹੁਤ ਵਧੀਆ ਕੰਮ ਕਰ ਰਹੇ ਇਲਾਕੇ ਵਿੱਚ ਅਤੇ ਆਪਾਂ ਦੋਨੇ ਜਣੇ ਰਲ ਕੇ ਜਿਹੜਾ ਨਾ ਇਸ ਕੰਮ ਨੂੰ ਜਿਹੜਾ ਹੈ ਇਹ ਹੋਰ 4 ਚੰਨ ਲਾਈਏ ਅਤੇ ਰਲ ਕੇ ਜਿਹੜੀ ਆ ਨਾ ਗਰੀਬ ਪਰਿਵਾਰ ਜਿਹੜੇ ਲੋੜਵੰਦ ਨੇ ਉਹਨਾਂ ਦੀ ਜਿਹੜੀ ਹੈ ਮਦਦ ਕੀਤੀ ਜਾਵੇ ਅਤੇ ਉਹਨਾਂ ਨੂੰ ਜੋ ਵੀ ਚੀਜ਼ ਦੀ ਲੋੜ ਹੈ ਉਹਨਾਂ ਤੱਕ ਪਹੁੰਚਾਈ ਜਾਵੇ ਅਤੇ ਮਾਨਵਤਾ ਦੀ ਸੇਵਾ ਕੀਤੀ ਜਾਵੇ। ਇਸ ਮਨੋਰਥ ਨੂੰ ਲੈ ਕੇ ਮੈਂ ਸਤਨਾਮ ਭਾਅ ਜੀ ਨਾਲ ਰਲ ਕੇ ਅਤੇ ਗਾਂਹ ਤੋਂ ਜਿਹੜਾ ਨਾ ਵਧੀਆ ਤੋਂ ਵਧੀਆ ਕੰਮ ਜਿਹੜੇ ਵੀ ਗਰੀਬ ਪਰਿਵਾਰ ਹੋਣਗੇ ਉਹਨਾਂ ਨੂੰ ਮਿਲ ਕੇ ਆਪਾਂ ਸੇਵਾ ਕਰਾਂਗੇ ਜੀ। ਸੁਖਾ ਹਾਂਜੀ, ਕਿਹੜੇ ਪਿੰਡ ਤੋਂ ਤੁਸੀਂ? ਮੈਂ ਮੁਸਤਾਬਾਦ ਤੋਂ ਹਾਂ। ਅੱਜ ਆਏ ਤੁਹਾਡੇ ਕੋਲ ਰਸ਼ਨ ਲੈ ਕੇ, ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਨੂੰ? ਸ਼ੁਕਰ ਕਰੀਦਾ ਇਹਨਾਂ ਨੂੰ, ਕਹੀਦਾ ਮਹਾਰਾਜ ਬਹੁਤਾ ਦੇ, ਠੀਕ ਹੈ, ਇਹਦੀ ਕਮਾਈ ਦੇ ਵਿੱਚ ਵਾਧਾ ਪਾ, ਇਹਨਾਂ ਦੀ ਤਰੱਕੀ ਕਰੇ ਅੱਗੇ। ਹਾਂਜੀ, ਵਾ ਕਰਨ, ਹੋਰ ਜੋ ਸਾਡੀ ਸੇਵਾ ਬਣਦੀ ਹੈ ਸਾਨੂੰ ਵੀ ਦੱਸਣਾ, ਅਸੀਂ ਵੀ ਚੱਲਾਂਗੇ, ਠੀਕ ਹੈ ਨਾ, ਕਰਨ ਤਾਂ ਚੱਲਾਂਗੇ, ਕੋਈ ਨਹੀਂ, ਜੋ ਸਾਡੇ ਕੋਈ ਸੇਵਾ ਦਾ ਹੋਵੇ, ਕੋਈ ਸਾਡੇ ਗੋਚਰੀ ਸੇਵਾ ਹੋਵੇ ਤਾਂ ਅਸੀਂ ਕਰਾਂਗੇ।